ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਜੀ ਐਂਡ ਵੀ ਘੋੜਨਾਵੇ ਤੁਹਾਡਾ ਸਵਾਗਤ ਹੈ ਵੀਰ। ਆਪਾਂ ਤੁਹਾਡੇ ਲਈ ਲੈ ਕੇ ਆਏ ਅੱਜ ਸੁਪਰ ਸੀਡਰਾਂ ਦੀ ਵੀਡੀਓ ਅਤੇ ਇੱਕ ਦੋ ਸੰਦ ਹੋਰ ਵੀ ਦਿਖਾਵਾਂਗੇ ਤੁਹਾਨੂੰ। ਅਤੇ ਆਪਣੇ ਕੋਲ ਤਕਰੀਬਨ ਇਹਦੇ ਸੁਪਰ ਸੀਡਰ ਹਰ ਇੱਕ ਕੁਆਲਿਟੀ ਦੇ ਖੜ੍ਹੇ ਨੇ ਵੀਰੇ। ਹੁਣ ਸੀਜ਼ਨ ਦਾ ਵੀ ਤੁਹਾਨੂੰ ਪਤਾ ਵੀ ਅੱਗੇ ਸਟਾਰਟਿੰਗ ਹੋਣ ਵਾਲੀ ਹੈ ਸੁਪਰ ਸੀਡਰ ਦੀ। ਜਿਹੜੇ ਭਰਾ ਨੇ ਲੈਣਾ ਹੁਣ ਜਲਦੀ ਤੋਂ ਜਲਦੀ ਵਿਜਿਟ ਕਰੋ ਆਪਣੇ ਨਾਲ। ਆਪਣੇ ਕੋਲ ਵੀਰੇ 7 ਤੋਂ 10 ਫੁੱਟ ਦੇ ਸੁਪਰ ਸੀਡਰ ਸਾਰੀਆਂ ਕੁਆਲਿਟੀਆਂ 'ਚ ਸਾਰੇ ਮਾਡਲ ਆਪਾਂ ਨੂੰ ਮਿਲਣਗੇ ਵੀਰੇ। ਜਿਹੜੇ ਬਾਈ ਨੇ ਜਿਹੜਾ ਸੁਪਰ ਸੀਡਰ ਲੈਣਾ ਉਹ ਆਪਣੇ ਕੋਲ ਹੈਗਾ। ਜੇ ਕਿਸੇ ਬਾਈ ਦੀ ਕੋਈ ਫਾਈਲ ਆਈ ਹੈ ਸਬਸਿਡੀ ਵਾਲੀ ਤਾਂ ਆਪਾਂ ਮਠਾੜੂ ਦਾ ਸੁਪਰ ਸੀਡਰ ਦੇਵਾਂਗੇ। ਸਭ ਤੋਂ ਜਾਇਜ਼ ਰੇਟ ਹੋਊਗਾ, ਸਭ ਤੋਂ ਟੌਪ ਕੁਆਲਿਟੀ ਹੋਊਗੀ, ਸਭ ਤੋਂ ਛੇਤੀ ਵੀਰੇ ਤੇ ਫੱਟਾ ਲੱਗਦਾ, ਫੱਟਾ ਕਿੱਟ ਨਾਲ ਦੇਵਾਂਗੇ ਜਿਹੜੇ ਭਰਾ ਨੇ ਇਹ ਸੁਪਰ ਸੀਡਰ ਲੈਣ ਨੇ। ਅਤੇ ਆਪਣੀ ਲੋਕੇਸ਼ਨ ਤਕਰੀਬਨ ਹਰ ਇੱਕ ਬਾਈ ਨੂੰ ਪਤੀ ਹੈ। ਅਤੇ ਜਿਹੜਾ ਕੋਈ ਬਾਈ ਆਪਣੇ ਨਾਲ ਨਵਾਂ ਜੁੜਿਆ ਆਪਣੇ ਚੈਨਲ ਨੂੰ ਸਭ ਤੋਂ ਪਹਿਲਾਂ ਵੀਰੇ ਸਬਸਕ੍ਰਾਈਬ ਕਰ ਲਓ ਅਤੇ ਬੈਲਾਈਕਨ ਦੱਬ ਦਿਓ। ਅਤੇ ਆਪਣਾ ਲੋਕੇਸ਼ਨ ਹੈਗੀ ਹੈ ਵੀਰੇ ਜੀ ਐਂਡ ਵੀ ਘੋੜੇ ਨਾਲ, ਗੂਗਲ ਮੈਪ 'ਤੇ ਵੀ ਆਉਂਦੀ ਹੈ। ਅਤੇ ਡਿਸਟ੍ਰਿਕਟ ਸੰਗਰੂਰ 'ਚ ਪਿੰਡ ਘੋੜੇ ਨਾਲ ਲਹਿਰੇ ਗਾਗੇ ਕੋਲ ਦਿੜਬੇ ਤੋਂ ਸਾਰਾ ਇਹ 15-16 ਕਿਲੋਮੀਟਰ ਹੈ ਵੀਰੇ। ਅਤੇ ਆਓ ਤੁਹਾਨੂੰ ਇਕੱਲੇ ਇਕੱਲੇ ਸੁਪਰ ਸੀਡਰ ਦੀ ਡਿਟੇਲ ਦਿੰਦੇ ਹਾਂ। ਆ ਜਾ ਬਾਈ। ਹਾਂਜੀ ਦੋਸਤੋ, ਇਹ ਆ ਗਿਆ ਵੀਰੇ ਆਪਣੇ ਕੋਲ ਐਗਰੀ ਜੋਨ ਦਾ 9 ਫੁੱਟਾ ਸੁਪਰ ਸੀਡਰ ਹੈ ਜੇ ਬਲੇਡ ਨੇ ਵੀਰੇ। ਕੰਡੀਸ਼ਨ ਦੇਖੋ ਬਲੇਡਾਂ ਦੀ, ਜੇ ਟੈਪ ਬਿਲਕੁਲ ਵਧੀਆ ਕੰਡੀਸ਼ਨ 'ਚ ਬਲੇਡ ਪਏ ਨੇ, ਜਮਾਂ ਐਂ ਮੰਨ ਕੇ ਚੱਲੋ ਵੀ 80-85 ਪੈਸੇ ਬਲੇਡ ਨੇ। ਅਤੇ ਸੁਪਰ ਸੀਡਰ ਦੀ ਵੀ ਕੰਡੀਸ਼ਨ ਵੀਰੇ ਜਮਾਂ ਫਸਟ ਕਲਾਸ ਹੈ, 1,90,000 ਰੁਪਇਆ ਰੇਟ ਹੈ। ਅਤੇ ਹਾਂ ਸਾਰਿਆਂ 'ਚ ਵੀਰੇ ਥੋੜ੍ਹਾ ਬਹੁਤਾ ਮਨ ਤਨ ਮੌਕੇ 'ਤੇ ਹੋ ਜੂਗਾ, ਬਾਹਲਾ ਲੰਬਾ ਚੌੜਾ ਰੇਟ 'ਚ ਫਰਕ ਨਹੀਂ ਪੈਣਾ। ਅਤੇ ਜੇ ਕਿਸੇ ਬਾਈ ਨੇ ਵੀਡੀਓ ਪ੍ਰੋਪਰ ਦੇਖ ਕੇ ਵੀ ਆਪਾਂ ਨੂੰ ਸਕਰੀਨਸ਼ੋਟ ਭੇਜ ਦਿਓ, ਜੇ ਘਰੇ ਬੈਠੇ ਨੇ ਮੰਗਾਉਣਾ ਆਪਾਂ ਘਰੇ ਵੀ ਭੇਜ ਸਕਦੇ ਹਾਂ। 9 ਫੁੱਟਾ ਸੁਪਰ ਸੀਡਰ ਹੈ ਜੀ ਐਗਰੀ ਜੋਨ ਦਾ, 22 ਮਾਡਲ, 1,90,000। ਅਤੇ ਅੱਗੇ ਆਪਣੇ ਕੋਲ ਗਹੀਰ ਹੈ ਵੀਰੇ, ਇਹ 8 ਫੁੱਟਾ, 1,45,000 ਦਾ, 22 ਮਾਡਲ, ਸਟੀਲੀ ਡਿਸਕਾਂ 'ਚ ਹੈ। ਇਹ ਵੀ ਬਿਲਕੁਲ ਸਾਫ਼ ਸੁਥਰਾ ਜਿਹਾ ਪੀਸ ਹੈ ਜੀ, ਆ ਦੇਖ ਲਓ ਸਟੀਲੀ ਡਿਸਕਾਂ ਆ ਗਿਆ ਜੀ, 1,45,000 'ਚ ਪੂਰਾ ਸੋਹਣਾ ਪੀਸ ਹੈ ਵੀਰੇ ਗਹੀਰ 'ਚ। ਅਤੇ ਅੱਗੇ ਐਡਵਾਂਸ ਆ ਗਿਆ ਆਪਣੇ ਕੋਲ, 1,90,000 ਦਾ ਪੀਸ ਹੈ ਜੀ ਐਡਵਾਂਸ ਪਲੱਸ, 7.5 ਫੁੱਟਾ ਪੀਸ ਹੈ ਜੀ, 2023 ਮਾਡਲ ਪੀਸ। ਇਹ ਵੀ ਜਮ੍ਹਾਂ ਨਵੇਂ ਵਰਗੇ ਹੀ ਹੈ, ਨਵਾਂ ਮੰਨ ਕੇ ਪੀਸ ਲੈ ਜਿਓ ਜੀ। ਆਹ ਦੇਖੋ ਪੀਸ ਵੀਰੇ ਜਮ੍ਹਾਂ ਧਿਆਨ ਨਾਲ ਦੇਖ ਲਓ, ਸਾਡੀ ਕੋਸ਼ਿਸ਼ ਰਹਿੰਦੀ ਹੈ ਤੁਹਾਨੂੰ ਇਕੱਲੀ ਇਕੱਲੀ ਚੀਜ਼ ਫੁੱਲ ਡਿਟੇਲ 'ਚ ਦਿਖਾ ਸਕੀਏ ਇਹਨਾਂ ਦੀ। ਅਤੇ ਅੱਗੇ ਆਪਣੇ ਕੋਲ ਐਗਰੀ ਜੋਨ ਹੈ ਜੀ, ਐਗਰੀ ਜੋਨ 2023 ਮਾਡਲ, ਨਾਲ ਦੇ ਬਲੇਡ ਵੀਰੇ 80 ਪੈਸੇ ਪਲੱਸ ਬਲੇਡ ਨੇ, 2023 ਮਾਡਲ ਹੈ, ਟੌਪ ਮਾਡਲ ਵੀਰੇ, ਜਿਹੜਾ ਸਾਈਡ ਤੋਂ ਆਪਣਾ ਇਹ 3 ਕਨਟ ਖੋਲ੍ਹ ਕੇ ਡਰਿੱਲ ਉੱਤਰ ਜਾਂਦੀ ਹੈ। 2,25,000 ਰੁਪਇਆ ਰੇਟ ਹੈ ਜੀ 9 ਫੁੱਟੇ ਪੀਸ ਦਾ, ਸਟੀਲੀ ਡਿਸਕਾਂ 'ਚ ਹੈ, ਨਵਾਂ ਮਾਡਲ ਹੈ ਜਮ੍ਹਾਂ। ਆਹ ਦੇਖੋ ਜਮ੍ਹਾਂ ਨਵੇਂ ਵਰਗੀ ਪੀਸ ਹੈ, ਕਿਤੇ ਤੁਹਾਨੂੰ ਐਂ ਨਹੀਂ ਹੋਊਗਾ ਵੀ ਤੇ ਕੋਈ ਵੈਲਡਿੰਗ ਟੁੱਚ ਜਾਂ ਕਿਤੋਂ ਡਾਲ ਵੀ ਰੰਗ ਉੱਤਰਿਆ ਹੋਊ। ਅੱਗੇ ਐਡਵਾਂਸ ਪਲੱਸ ਆ ਗਿਆ ਜੀ, ਨਾਲ ਦੇ ਬਲੇਡ ਨੇ ਇਹਦੇ 80-85 ਪੈਸੇ ਬਲੇਡ ਨੇ ਜੀ, ਵੱਧਦੇ ਹੋਣਗੇ ਘੱਟ ਨਹੀਂ ਹੈਗੇ, ਪੂਰਾ ਸੋਹਣਾ ਪੀਸ ਹੈ ਐਡਵਾਂਸ ਪਲੱਸ, 1,95,000 ਦਾ, 8.5 ਫੁੱਟਾ ਪੀਸ ਪੈ ਜੂਗਾ ਜੀ ਜੇ ਕਿਸੇ ਭਰਾ ਨੇ ਇਹ ਲੈਣਾ। ਅਤੇ ਜਿਹੜੇ ਦੂਜੇ ਪੀਸ ਨੇ ਪਿੱਛੇ ਖੜ੍ਹੇ ਨੇ ਲੈਂਡ ਫੋਰਸ, ਇਹਨਾਂ ਦੀ ਤੁਸੀਂ ਪਿਛਲੀ ਵੀਡੀਓ ਦੇਖ ਕੇ ਆਪਣੀ ਕਹਿੰਦੇ ਫੁੱਲ ਵੀਡੀਓ ਪਾਈ ਆ, ਉਹ 'ਚ ਜਾ ਕੇ ਇਹਨਾਂ ਦੀ ਇਕੱਲੇ ਇਕੱਲੇ ਡਿਟੇਲ ਦੇਖ ਸਕਦੇ ਹੋ, ਇਹਨਾਂ ਦੀ ਪਹਿਲਾਂ ਪਾਈ ਸੀ ਆਪਣੀ, ਹੁਣ ਜਿਹੜਿਆਂ ਦੀ ਆਪਾਂ ਪਹਿਲਾਂ ਨਹੀਂ ਵੀਡੀਓ ਪਾਈ ਉਹਨਾਂ ਦੀ ਡਿਟੇਲ ਦੇ ਰਹੇ ਹਾਂ। ਪੀਸ ਆਪਣੇ ਕੋਲ ਵੀਰੇ 80,000 ਤੋਂ ਲੈ ਕੇ 2-2.5 ਲੱਖ ਤੱਕ, ਜਿਹੋ ਜਿਹਾ ਮਰਜ਼ੀ ਸੁਪਰ ਸੀਡਰ ਲੈ ਜਾਓ, ਬਹੁਤ ਖੜ੍ਹੇ ਨੇ ਜੀ, ਸਾਰੀਆਂ ਕੁਆਲਿਟੀਆਂ ਦੇ ਪੀਸ ਹੈਗੇ ਨੇ ਆਪਣੇ ਕੋਲ। ਅਤੇ ਪਿਛਲੀ ਵੀਡੀਓ ਜਾ ਕੇ ਦੇਖ ਲਿਓ ਜਿਵੇਂ 1,52,000 ਦਾ ਜੀ, ਜੇ ਟੈਪ ਬਲੇਡਾਂ 'ਚ ਬਿਲਕੁਲ ਸੋਹਣੀ ਕੰਡੀਸ਼ਨ ਦਾ, 21 ਮਾਡਲ, 21 ਮਾਡਲ ਆਪਣੇ ਕੋਲ, 1.25 ਲੱਖ ਤੋਂ ਥੱਲੇ ਵੀ ਖੜ੍ਹੇ ਨੇ ਜੀ, ਇਹਦੀ ਕੰਡੀਸ਼ਨ ਜ਼ਿਆਦਾ ਨਵੀਂ ਹੈ ਤਾਂ ਕਰਕੇ ਰੇਟ ਹੈ। ਇਹ ਜੈਂਗਲਰ ਆ ਗਏ ਜੀ ਆਪਣੇ ਕੋਲ, 2023 ਮਾਡਲ ਹੈ, ਜੇ ਟੈਪ ਬਲੇਡਾਂ 'ਚ ਹੈ ਜੀ, 9 ਫੁੱਟ ਹੈ,
ਜਗਤਜੀਤ ਜੈਂਗਲਰ ਡਿਸਕਾਂ ਵਗੈਰਾ ਦੀ ਦੇਖ ਲਓ ਵੀਰੇ ਕੰਡੀਸ਼ਨ 'ਚ ਮਾ, ਬਿਲਕੁਲ ਸੋਹਣੀ ਕੰਡੀਸ਼ਨ 'ਚ ਹੈ। 2,15,000 ਰੇਟ ਹੈ ਵੀਰੇ, 5,000 ਡਿਸਕਾਊਂਟ ਹੈ, 2,10,000 ਦਾ ਪੈ ਜੂਗਾ ਇਹ ਪੀਸ। ਜਿਹੜੇ ਭਰਾ ਨੇ ਇਹ ਪੀਸ ਲੈਣਾ ਦੇਖੋ ਧਿਆਨ ਨਾਲ। ਅੱਗੇ ਫਿਰ ਆ ਗਿਆ ਵੀਰੇ, ਇਹ ਵੀ ਜੈਂਗਲਰ ਆ ਗਿਆ, ਇਹ ਥੋੜ੍ਹਾ ਜਿਹਾ ਉਦੋਂ ਵੀ ਨਵਾਂ ਪੀਸ ਹੈ, ਇਹਦਾ ਪੂਰੇ ਨਵੇਂ ਵਰਗਾ ਪੀਸ ਪਿਆ। ਕੰਡੀਸ਼ਨ ਦੇਖੋ, ਸਟੀਲੀ ਡਿਸਕਾਂ ਵਾਲੇ ਨੇ ਵੀ, ਸਾਈਡ ਗੇਅਰ ਵਾਲਾ ਆ ਗਿਆ, ਜੈਂਗਲਰ ਮਾਡਲ ਹੈ ਜੀ, ਜਗਤਜੀਤ ਦਾ ਜੇ ਟੈਪ ਬਲੇਡ, ਬਲੇਡਾਂ ਦੀ ਕੰਡੀਸ਼ਨ ਪੂਰੀ ਵਧੀਆ ਪਈ ਹੈ। 2,20,000 ਰੁਪਇਆ ਰੇਟ ਹੈ ਜੀ, ਇਹ 'ਚ ਵੀ 5,000 ਡਿਸਕਾਊਂਟ ਹੋ ਜੂਗਾ ਜੀ, 15 ਦਾ ਪੈ ਜੂਗਾ ਆਪਾਂ ਨੂੰ। ਆਹ ਮਠਾੜੂ ਕੰਪਨੀ ਦਾ ਆ ਗਿਆ ਵੀਰੇ, 2,45,000 ਦਾ, 8 ਫੁੱਟਾ ਫੱਟਾ ਕਿੱਟ ਨਾਲ, ਜਮ੍ਹਾਂ ਨਵਾਂ, ਸਬਸਿਡੀ ਵਗੈਰਾ ਤੁਹਾਨੂੰ ਆਉਣੀ, ਆਪਾਂ ਬਿੱਲ ਕੱਟ ਦਾਂਗੇ ਵੀਰੇ, ਜਦੋਂ ਮਰਜ਼ੀ ਕਟਾ ਲਿਓ। ਸਭ ਤੋਂ ਟੋਪ ਕੁਆਲਿਟੀ ਹੈ ਜੀ ਇਹ। ਇਹ ਆਪਣਾ ਸੇਲ ਹੋ ਗਿਆ ਜੀ 9 ਫੁੱਟਾ। ਆਹ ਗੁਰਬਾਜ ਹੈ ਜੀ, 8 ਫੁੱਟਾ ਫੀਚਰ ਪਲੱਸ, 1,80,000 ਰੁਪਇਆ ਰੇਟ ਹੈ ਜੀ, 2023 ਮਾਡਲ ਹੈ, ਪੂਰਾ ਵਧੀਆ ਕੰਡੀਸ਼ਨ 'ਚ, ਸੁਪਰ ਸੀਡਰ ਹੈ ਜੀ। ਦੇਖੋ ਜਿਹੜੇ ਬਾਕੀ ਸੁਪਰ ਸੀਡਰ ਨੇ ਉਹਨਾਂ ਦੀ ਵੀਡੀਓ ਵੀਰੇ, ਪਿਛਲੀ ਵੀਡੀਓ ਜਾ ਕੇ ਦੇਖ ਸਕਦੇ ਹੋ ਤੁਸੀਂ, ਅਤੇ ਜਾਂ ਐਂਡ ਸਕਰੀਨ ਲਾ ਦਾਂਗੇ ਉਹ 'ਤੇ ਵੀ ਦੇਖ ਸਕਦੇ ਹੋ ਜਿਹੜੇ ਬਾਕੀ ਸੁਪਰ ਸੀਡਰ ਨੇ। ਅਤੇ ਇਹ ਸਟੋਕ ਜਿਹੜਾ ਤਕਰੀਬਨ ਆਪਣੇ ਕੋਲ ਨਵਾਂ ਆਇਆ, ਇਹਨਾਂ ਦੀ ਤੁਹਾਨੂੰ ਡਿਟੇਲ ਦਿੰਦੇ ਜੀ ਪੂਰੀ। ਇਹ ਦਸਮੇਸ਼ ਆ ਗਿਆ ਜੀ ਮਲੇਰਕੋਟਲਾ, 2022 ਮਾਡਲ, ਪੂਰਾ ਸੋਹਣਾ ਪੀਸ ਹੈ ਜੀ, ਜਮ੍ਹਾਂ ਨਵੀਂ ਕੰਡੀਸ਼ਨ ਵਾਲਾ ਪੀਸ ਹੈ। ਬਲੇਡ ਇਹ 'ਚ ਨਵੇਂ ਪਾ ਕੇ ਦੇਵਾਂਗੇ, ਦੇਖੋ ਪਿੱਛੋਂ ਵੀ ਕੰਡੀਸ਼ਨ ਜਮ੍ਹਾਂ ਨਵੀਂ ਹੈ ਜੀ, ਨਾਲ ਦੇ ਬਲੇਡ ਖੋਲ੍ਹੇ ਨੇ, ਬਲੇਡ ਨਵੇਂ ਪਾਵਾਂਗੇ, ਜਮ੍ਹਾਂ ਨਵੇਂ ਵਰਗੀ ਪੀਸ ਹੈ। ਜਿਹੜੇ ਭਰਾ ਨੇ ਲੈਣਾ ਇਹ, 1,70,000 ਦਾ ਪੀਸ ਪੈ ਜੂਗਾ, ਨਵੇਂ ਬਲੇਡ ਪਾ ਕੇ, ਜਮ੍ਹਾਂ ਨਵੇਂ ਵਰਗਾ ਪੀਸ। ਅਤੇ ਅੱਗੇ ਆ ਗਿਆ ਆਪਣੇ ਕੋਲ ਜੈਂਗਲਰ, ਇਹ ਪੀਸ ਹੈਗੀ ਨਵੇਂ ਵਰਗੇ ਜੀ, ਬਲੇਡ ਦੇਖੋ ਨਾਲ ਦੇ ਪੂਰੀ ਪਏ ਨੇ, ਜਮ੍ਹਾਂ ਨਵੇਂ ਵਰਗਾ ਪੀਸ ਹੈ, ਸਿਰਫ ਆਪਾਂ ਧੋਇਆ ਨਹੀਂ ਹੈਗਾ ਜੀ, ਐਂ ਲਿਆ ਕੇ ਖੜਾ ਹੈ, ਜਮ੍ਹਾਂ ਨਵੇਂ ਵਰਗਾ। ਜਿਹੜੇ ਕਿਸੇ ਭਰਾ ਨੇ ਲੈਣਾ ਇਹ ਪੀਸ, 7 ਫੁੱਟ ਹੈ ਵੀ ਜੈਂਗਲਰ, ਦੇਖੋ ਕੰਡੀਸ਼ਨ, ਸਿਰਫ ਰੇਤਾ ਲੱਗਿਆ ਹੈ ਪੀਸ 'ਤੇ, ਜਰ ਜਾ ਕੁਛ ਹੋਰ ਨਹੀਂ ਹੋਊਗਾ। ਇਹ ਆਪਾਂ ਨੂੰ 1,85,000 ਦਾ ਪੀਸ ਪੈ ਜੂਗਾ ਜੇ ਕਿਸੇ ਭਰਾ ਨੇ ਲੈਣਾ, ਜਮ੍ਹਾਂ ਨਵੇਂ ਵਰਗਾ, ਨਾਲ ਦੇ ਬਲੇਡ 90-95 ਪੈਸੇ। ਇਹ ਦੋ ਆਪਣੇ ਕੋਲ ਹੋਰ ਆ ਗਏ ਜੀ, 8 ਫੁੱਟੇ ਪੀਸ, ਇਹ ਰਾਤ ਆਏ ਨੇ। ਆਹ ਦੇਖੋ ਬਲੇਡਾਂ ਦੀ ਕੰਡੀਸ਼ਨ ਦੇਖ ਲਓ, ਸੁਪਰ ਸੀਡਰ ਦੀ ਕੰਡੀਸ਼ਨ ਵੀਰੇ ਬਿਲਕੁਲ ਵਧੀਆ, ਨਵੇਂ ਵਰਗੇ ਪੀਸ ਨੇ ਜੀ, 1,95,000 ਰੇਟ ਹੈ। ਜਿਹੜੇ ਕਿਸੇ ਭਰਾ ਨੇ ਲੈਣੇ ਨੇ ਜ਼ਰੂਰ ਵਿਜਿਟ ਕਰਨ, ਮਾਲ ਵੀਰੇ ਬਹੁਤ ਖੜ੍ਹਾ, ਸੁਪਰ ਸੀਡਰਾਂ ਦਾ ਕੋਈ ਘਾਟਾ ਨਹੀਂ। ਹਾਂ, ਅਤੇ ਹੁਣ ਹੋਰ ਨਵਾਂ ਮਾਲ ਨਹੀਂ ਆ ਰਿਹਾ ਵੀਰੇ, ਬਹੁਤ ਘੱਟ ਪੀਸ ਆ ਰਹੇ ਨੇ, ਜਿਹੜੇ ਭਰਾ ਨੇ ਲੈਣਾ ਜਲਦੀ ਕਰੋ ਹੁਣ ਵੀਰੇ। ਆਹ ਸੁਪਰ ਸੀਡਰ ਆ ਗਿਆ ਵੀਰੇ, ਇਹ ਪੂਰੀ ਪਿਆ ਬਲੇਡ ਦੇਖੋ ਨਾਲ ਦੇ, ਐਂ ਮੰਨ ਕੇ ਚੱਲੋ ਵੀ 95 ਪੈਸੇ ਬਲੇਡ ਪਏ ਨੇ, ਅਤੇ 95 ਪੈਸੇ ਹੀ ਕੰਡੀਸ਼ਨ ਹੈ ਵੀਰੇ, ਜਮ੍ਹਾਂ ਨਵੀਂ ਕੰਡੀਸ਼ਨ 'ਚ ਹੈ ਸੁਪਰ ਸੀਡਰ ਇਹ। ਆਹ ਦੇਖੋ ਜਮ੍ਹਾਂ ਨਵੀਂ ਕੰਡੀਸ਼ਨ 'ਚ ਵੀਰੇ, ਇਹ ਆਪਾਂ ਨੂੰ 2,00,000 ਰੁਪਏ ਦਾ ਪੀਸ ਪੈ ਜੂਗਾ ਜਿਹੜੇ ਭਰਾ ਨੇ ਇਹ ਲੈਣਾ। ਥੋੜ੍ਹੀ ਜਿਹੀ ਕੋਸ਼ਿਸ਼ ਰੱਖਾਂਗੇ ਵੀਰੇ, ਜਿਹੜੇ ਆਪਾਂ ਤੁਹਾਨੂੰ ਮੇਨ ਸੁਪਰ ਸੀਡਰ ਦਿਖਾ ਸਕੀਏ, ਸੁਪਰ ਸੀਡਰਾਂ ਦੀ ਕੋਈ ਘਾਟ ਨਹੀਂ, ਬਹੁਤ ਪਏ ਨੇ, ਪਰ ਵੀਡੀਓ ਬਹੁਤ ਹੀ ਲੰਬੀ ਯਾਰ, ਦੇਖਣੀ ਔਖੀ ਹੋ ਜਾਂਦੀ ਹੈ। ਇਹ ਆ ਗਿਆ 1,80,000 'ਚ ਵੀਰੇ, 7.5 ਫੁੱਟਾ ਪੀਸ, ਇਹ ਵੀ ਜੈਂਗਲਰ ਹੈ, ਜੈਂਗਲਰ ਨਹੀਂ ਸੋਰੀ, ਐਡਵਾਂਸ ਪਲੱਸ, ਪੂਰਾ ਸਾਫ਼ ਸੁਥਰਾ ਜਿਹਾ ਪੀਸ ਹੈ ਇਹ ਵੀ। ਇਹ ਸਟੀਲੀ ਡਿਸਕਾਂ ਵਾਲਾ ਆ ਗਿਆ ਜੀ, ਦੇਖੋ ਇਹ 'ਚ ਖਾਦ ਬੀਜ ਅਲੱਗ ਅਲੱਗ ਜਾਂਦਾ ਧੁਰ ਤੱਕ, ਇਹ ਸਟੀਲੀ ਡਿਸਕਾਂ 'ਚ ਜੈਂਗਲਰ, ਸਟੀਲੀ 'ਚ ਵੀ ਆਇਆ, ਘੱਟ ਵਾਲੇ 'ਚ ਵੀ ਆਇਆ, ਇਹ ਆਪਣਾ ਐਡਵਾਂਸ ਪਲੱਸ, 3 ਤਰ੍ਹਾਂ ਦੀਆਂ ਡਿਸਕਾਂ 'ਚ ਆਇਆ ਜੀ, ਉਹ ਚੀਜ਼ ਇਹ।
ਅੱਗੇ ਆ ਗਿਆ ਆਪਣੇ ਕੋਲ ਵੀਰ ਜੀ ਐਗਰੀਜੋਨ ਦਾ ਪੀਸ ਆ ਗਿਆ 1,78,000 ਰੁਪਏ ਦਾ ਪੀਸ, ਇਹ ਵੀ ਜਮ੍ਹਾਂ ਨਵੀਆਂ ਨਾਲ ਦੇ ਬਲੇਡ ਹੈਗੇ ਨੇ 75 ਕੁ ਪੈਸੇ। ਜਮ੍ਹਾਂ ਟੋਪ ਕੰਡੀਸ਼ਨ ਹੈ ਜੀ, ਸਿਰਫ ਉੱਤੇ ਇਹ ਕਲੀ ਜੀ ਪਈ ਹੈ ਜਿਵੇਂ ਅੰਦਰ ਖੜਿਆ ਸੀ ਅਗਲੇ ਦੇ, ਇਹ ਉੱਤਰ ਜੂਗੀ ਧੋ ਕੇ, ਕੋਈ ਘਾਟ ਨਹੀਂ। ਜੇ ਘੱਟ ਪੈਸੇ ਲਾਉਣੇ ਨੇ KS ਦਾ ਪੀਸ ਹੈ ਜੀ 1,00,000 ਰੁਪਏ ਦਾ। ਅਤੇ ਜੇ ਕਿਸੇ ਭਰਾ ਨੇ ਕੋਈ ਲੇਜ਼ਰ ਵਗੈਰਾ ਜਾਂ ਕੋਈ ਹੋਰ ਖੇਤੀ ਦੀ ਮਸ਼ੀਨਰੀ ਲੈਣੀ ਹੈ, ਉਹ ਵੀ ਆਪਣੇ ਕੋਲ ਤਕਰੀਬਨ ਸਾਰੀਆਂ ਨੇ। ਇਹ ਬਹੁਤ ਹੀ ਘੱਟ ਰੇਟ 'ਚ ਇੱਕ ਪੀਸ ਹੋਰ ਹੈ ਵੀਰੇ ਆਪਣੇ ਕੋਲ, 1,42,000 ਦਾ 2021 ਮਾਡਲ 8.5 ਫੁੱਟਾ ਪੀਸ ਹੈ ਜੇ ਬਾਈ ਨੇ ਕਿਸੇ ਨੇ ਲੈਣਾ। ਆਹ ਦੇਖੋ ਸਾਫ਼ ਸੁਥਰੀ ਜੀ ਕੰਡੀਸ਼ਨ ਹੈ, ਬਲੇਡ ਅੱਧੇ ਕੇ ਨੇ ਜੀ। ਅਤੇ ਸ਼ਕਤੀਮਾਨ ਦਾ ਪਿਆ 1,45,000 ਦਾ 7.5 ਫੁੱਟਾ ਪੀਸ ਜੇ ਟੈਪ ਬਲੇਡ, ਜਮ੍ਹਾਂ ਨਵੇਂ ਵਰਗੀ ਬਲੇਡ ਪਏ ਨੇ ਵਧੀਆ ਕੰਡੀਸ਼ਨ 'ਚ, 21 ਮਾਡਲ ਹੈ ਜੀ ਆਪਣਾ ਸ਼ਕਤੀਮਾਨ ਦਾ। ਜੇ ਕਿਸੇ ਭਰਾ ਨੇ ਲੈਣਾ ਸ਼ਕਤੀਮਾਨ ਦੀ, ਬਹੁਤ ਡਿਮਾਂਡ ਹੈ ਵੀਰੇ। ਆਹ ਦੇਖੋ ਪੀਸ ਦੀ ਕੰਡੀਸ਼ਨ, ਦੇਖੋ ਕੰਡੀਸ਼ਨ ਬਿਲਕੁਲ ਪੂਰੀ ਵਧੀਆ ਕੰਡੀਸ਼ਨ 'ਚ ਹੈ। ਅਤੇ PDC ਆ ਗਿਆ, PDC 1,25,000 ਦਾ 8 ਫੁੱਟਾ ਜੇ ਟੈਪ ਬਲੇਡਾਂ 'ਚ ਹੈ। ਬਾਕੀ ਕੰਡੀਸ਼ਨ ਜਮ੍ਹਾਂ ਬਿਲਕੁਲ ਨਵੀਂ ਵਰਗੀ ਪਈ ਹੈ ਵੀਰੇ, ਸਿਰਫ ਇਹ ਗਲ ਮੁਸਿਆ ਹੋਇਆ ਥੋੜ੍ਹਾ ਜਿਹਾ, ਇਹ ਦਬਿਆ ਹੋਇਆ, ਇਹ ਸਿੱਧਾ ਹੋ ਜੂਗਾ ਜੀ। ਆਹ ਦੇਖੋ ਕੰਡੀਸ਼ਨ ਕਿਸੇ ਪਾਸੇ ਵੀ ਘਾਟ ਨਹੀਂ ਹੈਗੀ। ਇੱਕ ਐਗਰੀਜੋਨ ਹੋਰ ਆ ਗਿਆ ਆਪਣੇ ਕੋਲ 2022 ਮਾਡਲ, 1,45,000 ਦਾ ਸਾਫ਼ ਸੁਥਰੀ ਜੀ ਕੰਡੀਸ਼ਨ ਵਾਲਾ ਜੀ ਪੀਸ। ਕੋਈ ਰੂਟਾ ਫੀਟਰ ਵਗੈਰਾ ਨਵਾਂ ਲੈਣਾ, ਇੱਕ ਉਹ ਆਪਣੇ ਕੋਲ ਮਲਚਰ ਹੈ ਵੀਰੇ PDC ਕੰਪਨੀ ਦਾ, 70,000 ਦਾ ਮਲਚਰ ਦੇ ਦਾਂਗੇ ਜੇ ਕਿਸੇ ਬਾਈ ਨੂੰ ਚਾਹੀਦਾ। ਅਤੇ ਐਗਰੀ ਪ੍ਰਾਈਮ ਹੈ ਵੀਰੇ ਆਪਣੇ ਕੋਲ, ਇਹ ਪਿਛਲੀ ਵੀਡੀਓ 'ਚ ਵੀ ਦੇਖਿਆ, 1,20,000 ਦਾ ਸੁਪਰ ਸੀਡਰ ਐਗਰੀ ਪ੍ਰਾਈਮ 2023 ਮਾਡਲ, ਪੂਰਾ ਸਾਫ਼ ਸੁਥਰਾ। ਅਤੇ 1,30,000 ਦਾ ਹੈਗਾ ਜੀ ਫਾਰਮ ਪਾਵਰ ਆ ਗਿਆ, ਉਹ ਹੈਗਾ ਇਹਨਾਂ ਦਾ ਗੁਰਬਾਜ ਵਾਲਿਆਂ ਦਾ ਬਣਿਆ ਪੀਸ, ਪੂਰਾ ਸਾਫ਼ ਹੈ ਜੀ। ਅਤੇ ਸੁਪਰ ਸੀਡਰ ਵੀਰੇ ਬਹੁਤ ਖੜੇ ਨੇ, ਪੁੰਨੀ ਦਾ 9 ਫੁੱਟਾ ਖੜਿਆ, ਇਹਨਾਂ ਨੂੰ ਆਪਣੀ ਪਿਛਲੀ ਵੀਡੀਓ ਜਾ ਕੇ ਦੇਖ ਸਕਦੇ ਹੋ ਤੁਸੀਂ। ਹੁਣ ਬਹੁਤ ਹੀ ਲੰਬੀ ਵੀਡੀਓ ਨੂੰ ਆਪਾਂ ਨਾ ਕਰੀਏ, ਤੁਹਾਨੂੰ ਇੱਧਰ ਡਿਟੇਲ ਦਿਖਾ ਦਿੰਦੇ ਹਾਂ। ਜਿਵੇਂ 95,000 ਦਾ ਇਹ ਪੀਸ ਖੜਿਆ ਜੀ 7 ਫੁੱਟਾ, 20 ਮਾਡਲ। ਅਤੇ 0 ਡਰਿੱਲਾਂ ਨੇ ਜੀ ਆਪਣੇ ਕੋਲ 3-4 ਪੀਸ। ਸਰਸਵਤੀ ਦੀ ਆ ਗਈ ਜੀ 45,000 ਦੀ, ਜਮ੍ਹਾਂ ਨਵੇਂ ਵਰਗੀ 0 ਡਰਿੱਲ ਹੈ ਜੀ, ਨੈਸ਼ਨਲ ਹੈ ਆਪਣੇ ਕੋਲ, ਇਹ ਵੀ ਜਮ੍ਹਾਂ ਨਵੇਂ ਵਰਗੀ ਹੈ, ਬਿਲਕੁਲ ਸਾਫ਼ ਸੁਥਰੇ ਜਿਹੇ ਪੈਰ ਪਏ ਨੇ। 45,000 ਦੀ 13 ਪੋਰੀਆਂ 2 ਡਰਿੱਲਾਂ ਨੇ ਇਹ। ਅਤੇ ਦਸਮੇਸ਼ ਮਲੇਰਕੋਟਲਾ ਦਾ ਪੀਸ ਖੜ੍ਹੇ ਹੈ ਆਪਣੇ ਕੋਲ, ਇਹ ਮੇਰਾ ਖਿਆਲ ਪਿਛਲੀ ਵੀਡੀਓ 'ਚ ਨਹੀਂ ਆਇਆ ਹੈਗਾ, ਬਾਅਦ 'ਚ ਆਏ ਨੇ ਪੀਸ ਆਪਣੇ ਕੋਲ। ਇਹ 1,85,000 ਦਾ ਪੀਸ ਪੈ ਜੂਗਾ, ਪੀਸ ਜਮ੍ਹਾਂ ਨਵਾਂ ਮੰਨ ਕੇ ਲੈ ਜੀ ਘਰ, ਇਹੋ ਜਿਹੀ ਕੰਡੀਸ਼ਨ ਵਾਲਾ ਜੀ, ਬਲੇਡ ਹੋਣਗੇ 60 ਕੁ ਪੈਸੇ, 1,85,000 ਦਾ ਜੀ। ਅਤੇ ਇੱਕ 9 ਫੁੱਟਾ ਪੀਸ ਆ ਗਿਆ ਵੀਰੇ, 9 ਫੁੱਟੇ ਪੀਸਾਂ ਦੇ ਰੇਟ ਬਹੁਤ ਜ਼ਿਆਦਾ ਨੇ, ਡਿਸਕ ਵਾਲਾ ਮਾਡਲ ਆ, ਰੂਟਾ ਫੀਟਰ ਨਹੀਂ ਇੰਨੇ ਕੁ ਰੇਟ 'ਚ ਮਿਲਦਾ, ਜਿਹੜੇ ਰੇਟ 'ਚ ਆਪਾਂ ਤੁਹਾਨੂੰ ਸੁਪਰ ਸੀਡਰ ਦੇਵਾਂਗੇ। 1,25,000 'ਚ ਜੇ ਟੈਪ ਬਲੇਡ ਜਮ੍ਹਾਂ ਪੂਰੀ ਪਏ ਨੇ, 90-95 ਪੈਸੇ, ਸਾਈਡ 'ਤੇ ਗੇਅਰ ਵਾਲਾ ਜੀ। ਆਹ ਦੇਖੋ ਡਿਸਕ ਵਾਲਾ ਪੀਸ ਹੈ, ਸਟੀਲੀ ਤਵੀਆਂ ਵਾਲਾ, ਰੇਟ ਜਮ੍ਹਾਂ ਜਾਇਜ਼ 1,25,000 ਜੀ 9 ਫੁੱਟੇ ਦਾ। ਅੱਗੇ ਡਰਿੱਲ ਆ ਗਈ, ਇਹ ਵੀ ਨੈਸ਼ਨਲ ਦੀ ਡਰਿੱਲ ਹੈ, 13 ਪੋਰੀ ਹੈ, ਬਿਲਕੁਲ ਸਾਫ਼ ਸੁਥਰੀ ਜੀ ਕੰਡੀਸ਼ਨ 'ਚ ਹੈ ਵੀ। ਇਹ ਡਰਿੱਲ ਆਪਾਂ ਨੂੰ ਮਿਲ ਜੂਗੀ 35,000 ਰੁਪਏ ਦੀ। ਅਤੇ ਜਸਵੰਤ ਦਾ ਖੜਿਆ, ਜੇ ਜਸਵੰਤ ਲੈਣਾ ਵੀਰੇ, ਕੁੱਲ 80,000 ਰੁਪਏ ਦਾ ਪੀਸ ਪੈ ਜੂਗਾ ਇਹ, ਜੇ ਕਿਸੇ ਭਰਾ ਨੇ ਲੈਣਾ ਇਹ ਪੀਸ। ਅਤੇ ਇਹ ਕੰਡੀਸ਼ਨ ਦੇ, ਇਹ ਰੇਟ ਦੇ ਆਪਣੇ ਕੋਲ ਪੀਸ ਬਹੁਤ ਖੜੇ ਨੇ, 80 ਵਾਲੇ 70 ਵਾਲੇ ਵੀਰੇ। ਜਿਹੜੇ ਬਾਈ ਨੇ ਕੋਈ ਪੀਸ ਲੈਣਾ ਉਹ ਆਪਾਂ ਨੂੰ ਕੰਟੈਕਟ ਕਰ ਸਕਦਾ, ਆਪਣੇ ਕੋਲ ਆ ਸਕਦੇ ਨੇ। ਜਿਵੇਂ ਸੋਨਾ ਲਿੱਕਾ 1,25,000 ਦਾ, ਆਪਣੀ ਵੀਡੀਓ ਵੀਰੇ ਪਿਛਲੀ 'ਤੇ ਜਾ ਕੇ ਜ਼ਰੂਰ ਦੇਖਿਓ, ਉਹਨਾਂ 'ਚ ਮੇਰਾ ਖਿਆਲ ਇਹਨਾਂ ਦੀ ਆਪਾਂ ਸਾਰਿਆਂ ਦੀ ਡਿਟੇਲ ਪਾਈ ਹੋਈ ਹੈ। KS ਖੜ੍ਹੇ ਨੇ ਪੀਸ ਆਪਣੇ ਕੋਲ ਸਾਰੇ ਨੇ,
ਇਕੱਲੇ ਇਕੱਲੇ ਦੀ ਜਾਣਕਾਰੀ ਦੇਵਾਂਗੇ ਬਹੁਤ ਲੰਬੀ ਹੋ ਜੂਗੀ। ਤੁਸੀਂ ਇੱਕ ਵਾਰ ਕਹਿੰਦਾ ਵਿਜਿਟ ਕਰੋ ਆਪਣੇ ਕੋਲ, ਆਇਓ ਵੀਰੇ, ਸੁਪਰ ਸੀਡਰ ਤੁਹਾਨੂੰ ਮਿਲੂਗਾ ਹੀ ਮਿਲੂਗਾ। ਸਟੀਲੀ ਡਿਸਕਾਂ 'ਚ ਇਹ 19 ਦਾ 8 ਫੁੱਟਾ ਸੁਪਰ ਸੀਡਰ ਆ, ਇਹ ਕੁੱਲ 1,32,000 ਦਾ ਸੁਪਰ ਸੀਡਰ ਪੈ ਜੂਗਾ। ਆਹ ਜਸਵੰਤ ਦਾ ਪੀਸ ਹੈ ਜੀ, ਆ ਜਮ੍ਹਾਂ ਨਵੇਂ ਵਰਗਾ ਪੀਸ ਪਿਆ, ਕੰਡੀਸ਼ਨ ਦੇਖੋ। ਤੁਹਾਨੂੰ ਰੇਟ ਦੱਸੀਏ, ਰੇਟ ਇਹ 1,52,000 ਰੁਪਏ ਦਾ 22 ਮਾਡਲ, ਜਮ੍ਹਾਂ ਪੂਰੀ ਸੋਹਣੀ ਕੰਡੀਸ਼ਨ 'ਚ 7 ਫੁੱਟਾ ਪੀਸ ਹੈ ਜੀ। ਆਪਾਂ ਲੋਕੇਸ਼ਨ ਵਗੈਰਾ ਤੁਹਾਨੂੰ ਉੱਤੇ ਵੀ ਮੈਨਸ਼ਨ ਕਰ ਦਾਂਗੇ, ਪਿੰਡ ਦਾ ਅਤੇ ਜ਼ਿਲ੍ਹੇ ਦਾ ਨਾਮ ਤਕਰੀਬਨ ਵੀਡੀਓ ਦੇ ਸਟਾਰਟਿੰਗ 'ਚ ਆਪਾਂ ਲਿਖ ਦਿੰਦੇ ਹਾਂ। ਅਤੇ ਇੱਥੇ ਤੁਸੀਂ ਕਹਿੰਦਾ ਬਗੈਰ ਕੌਲ ਕਰੇ ਵੀ ਆ ਸਕਦੇ, ਤੁਹਾਨੂੰ ਐਂ ਨਹੀਂ ਹੋਊਗਾ ਵੀ ਇੱਥੇ ਆ ਕੇ ਪੀਸ ਨਹੀਂ ਮਿਲੂਗਾ। 8 ਫੁੱਟਾ ਪੀਸ ਹੈ ਜੀ, 1,55,000 ਦਾ 22 ਮਾਡਲ ਆ, ਪੀਸ ਪੂਰਾ ਸੋਹਣਾ ਜੀ। ਸਿਰਫ ਕਹਿੰਦਾ ਸਾਡੇ ਕੋਲ ਬਹੁਤੇ ਪੀਸ ਹੋਣ ਕਰਕੇ ਧੋਣ ਦੀ ਜ਼ਰੂਰ ਕਮੀ ਰਹਿੰਦੀ ਹੈ, ਵੀ ਧੋਇਆ ਨਹੀਂ ਹੈਗਾ, ਜਮ੍ਹਾਂ ਨਵੇਂ ਵਰਗਾ ਪੀਸ ਹੋਊਗਾ ਜੀ ਇਹ ਵੀ। ਪੀਸ 'ਚ ਨਹੀਂ ਘਾਟ ਮਿਲੂਗੀ, ਹਾਂ ਚਲੋ ਘਾਟ ਵਾਲੇ ਪੀਸ ਵੀ ਹੈਗੇ ਨੇ, ਪਰ ਉਹ ਘਾਟ ਵਾਲੇ ਰੇਟਾਂ 'ਚ ਨੇ। 9 ਫੁੱਟੇ ਪੀਸ ਨੇ ਆਪਣੇ ਕੋਲ, ਕਈ ਪੀਸ ਖੜ੍ਹੇ ਨੇ, ਜਿਵੇਂ 9 ਫੁੱਟਾ ਇਹ ਵੀ ਆ ਗਿਆ ਜੀ, 2,05,000 ਰੁਪਏ ਦਾ 9 ਫੁੱਟਾ, ਫੀਚਰ ਪਲੱਸ ਮਿਲ ਜੂਗਾ ਆਪਾਂ ਨੂੰ ਗੁਰਵਾਜ ਦਾ ਇਹਦੇ 'ਤੇ ਸਿਸਟਮ। ਆ ਦੇਖੋ ਦੂਜਾ ਲੱਗਿਆ ਜਿਹੜਾ ਬੀਜ ਦੱਸਦਾ, ਹਾਰਨ ਮਾਰਦਾ ਜੀ, ਸੈਂਸਰ ਵਾਲਾ ਸਿਸਟਮ ਹੈ, ਸਾਈਡ ਗੇਅਰ ਵਾਲਾ ਗਿਆ, ਫੀਚਰ ਪਲੱਸ ਆ। ਅਤੇ ਤਕਰੀਬਨ ਇਹ ਪੀਸ ਵਿਕੇ ਹੋਏ ਨੇ, ਇੱਕ ਜੈਂਗਲਰ ਹੋਰ ਹੈ, ਤੁਹਾਨੂੰ ਉਹ ਪੀਸ ਦਿਖਾ ਦਈਏ, ਫਿਰ ਬਹੁਤ ਹੀ ਲੰਬੀ ਨਾ ਕਰੀਏ ਵੀਡੀਓ। ਇੱਕ ਆ ਮਹਿੰਦਰਾ ਦਾ ਪੀਸ ਹੈ ਜੀ, ਇਹਨੂੰ ਧਿਆਨ ਨਾਲ ਦੇਖੋ, 8 ਫੁੱਟਾ ਪੀਸ, 1,25,000 'ਚ ਫੱਟਾ ਗੇਟ ਨਾਲ, ਕੰਡੀਸ਼ਨ ਦੇਖੋ ਜੀ, ਬਿਲਕੁਲ ਸਟੀਲੀ ਡਿਸਕਾਂ 'ਚ ਹੈ, ਸਟੀਲੀ ਡਿਸਕਾਂ ਵਾਲਾ 1,25,000 'ਚ 8 ਫੁੱਟਾ ਫੱਟਾ ਗੇਟ ਨਾਲ ਪੀਸ ਮਿਲ ਜੂਗਾ ਜੀ, ਬਿਲਕੁਲ ਸਾਫ਼ ਸੁਥਰੀ ਜੀ ਕੰਡੀਸ਼ਨ 'ਚ। ਜੇ ਕਿਸੇ ਭਰਾ ਨੇ ਜੈਂਗਲਰ ਲੈਣਾ, 1,85,000 ਦਾ 8 ਫੁੱਟਾ ਪੀਸ ਮਿਲ ਜੂਗਾ, ਜਗਤਜੀਤ ਕੰਪਨੀ ਦਾ ਜੀ ਪੀਸ, ਇਹ ਵੀ ਬਹੁਤ ਸਾਫ਼ ਹੈ। ਆਹ ਦੇਖੋ ਕੰਡੀਸ਼ਨ ਦੇਖੋ ਪੀਸ ਦੀ, ਬਿਲਕੁਲ ਸਾਫ਼ ਸੁਥਰੀ ਜੀ ਕੰਡੀਸ਼ਨ 'ਚ ਹੈ, 1,85,000 ਦਾ। ਇੱਕ ਇਹ 22 ਮਾਡਲ ਆ, 1,53,000 ਦਾ 22-21, ਇਹਦਾ ਆਪਣੇ ਕੋਲ ਬਹੁਤ ਪੀਸ ਖੜ੍ਹੇ ਨੇ, ਇਹ ਤੁਹਾਨੂੰ ਐਂ ਨਹੀਂ ਹੋਊਗਾ ਵੀ ਇੱਥੇ ਆ ਕੇ ਪੀਸ ਨਹੀਂ ਮਿਲਿਆ, ਪੀਸ ਤੁਹਾਨੂੰ ਵਾਧੂ ਮਿਲ ਜਾਣਗੇ ਜੀ ਜਿਹੜੇ ਵੀ ਭਰਾ ਨੇ ਲੈ ਕੇ ਜਾਣਾ। ਅਤੇ 0 ਡਰੈਲਾਂ ਤੁਹਾਨੂੰ ਇੱਕ ਦੋ ਦੀ ਹੋਰ ਡਿਟੇਲ ਦੇ ਦਿੰਦੇ ਹਾਂ। ਇੱਕ ਆ ਲੋਇਨ ਐਗਰੋ ਕਿੰਗ ਹੈ ਜੀ ਆਪਣੇ ਕੋਲ, 11 ਪੂਰੀ ਹੈ, ਪਹਿਲਾਂ ਵੀ ਤੁਹਾਨੂੰ ਦੱਸੀ ਹੋਊਗੀ, ਪੂਰੀ ਵਧੀਆ ਪੂਰੀ ਟੋਪ ਕੁਆਲਿਟੀ ਦੀ ਡਰਿੱਲ ਬਣੀ ਹੋਈ ਹੈ ਜੀ। ਦੇਖੋ ਇਹ ਆਪਾਂ ਨੂੰ ਪੈ ਜੂਗੀ ਕੁੱਲ 28,000 ਰੁਪਏ ਦੀ ਡਰਿੱਲ ਪੈ ਜੂਗੀ ਜੀ, ਜਿਹੜੇ ਕਿਸੇ ਭਰਾ ਨੇ ਲੈਣੀ ਹੈ। ਲੋਇਨ ਐਗਰੋ ਕਿੰਗ, ਟਾਪੇ ਦੋਨੇ ਢਕੇ ਹੋਏ ਨੇ ਦੇਖੋ ਉੱਤੋਂ। ਇੱਕ ਆਪਣੇ ਕੋਲ ਹੈਗੀ ਹੈ ਜੀ ਇਹ ਲੈਂਡ ਫੋਰਸ ਦੀ ਡਰਿੱਲ ਹੈ ਦਸਮੇਸ਼, 11 ਪੂਰੀ ਡਰਿੱਲ ਹੈ ਜੀ, ਵਧੀਆ ਜੀ ਕੰਡੀਸ਼ਨ ਹੈ, 19 ਮਾਡਲ ਹੋਊਗੀ ਜੀ, ਕੁੱਲ 30,000 ਰੁਪਏ ਡਰਿੱਲ ਪੈ ਜੂਗੀ ਜੀ। ਅਤੇ ਜੇ ਪੈਸੇ ਵੱਧ ਲਾਉਣੇ ਨੇ ਡਰਿੱਲ, ਜਮ੍ਹਾਂ ਨਵੀਂ ਲੈਣੀ ਆ, ਦੇਖੋ ਪੈਰਾਂ ਦੀ ਕੰਡੀਸ਼ਨ ਦਿਖਾ ਦਈਏ ਇਸਨੂੰ, ਜਮ੍ਹਾਂ ਨਵੀਂ, ਸਿਰਫ 1 ਜਾਂ 2 ਕਿੱਲੇ, ਇੱਦੂ ਵੱਧ ਬਿਜਾਈ ਨਹੀਂ ਹੋਈ ਹੋਊਗੀ, 53,000 ਰੁਪਏ ਡਰਿੱਲ ਪਊਗੀ, 13 ਪੂਰੀ, ਜਮ੍ਹਾਂ ਨਵੀਂ ਲੈਂਡ ਫੋਰਸ ਦੀ। ਹੋਰ ਕੋਈ ਜਿਵੇਂ ਉਹ ਪਾਣੀ ਵਾਲੀ ਟੈਂਕੀ ਖੜ੍ਹੀ ਹੈ ਜੀ, ਹਾਂ ਸੋਰੀ ਤੇਲ ਵਾਲੀ ਟੈਂਕੀ ਹੈ, 2,000 ਲੀਟਰ ਦੀ, ਉਹ ਡੀਜ਼ਲ ਟੈਂਕ ਲੈਣਾ ਜੀ ਆਪਾਂ ਨੂੰ, ਉਹ ਮਿਲ ਜੂਗਾ 45,000 ਰੁਪਏ ਦਾ, ਪੂਰਾ ਵਧੀਆ ਹੈ। ਕੋਈ ਪਲਾਓ ਲੈਣੇ ਨੇ, ਉਹ ਆਪਣੇ ਕੋਲ ਵਾਧੂ ਖੜ੍ਹੇ ਨੇ ਪੀਸ ਵੀਰੇ, ਹੈਗੇ 2-2 ਬੋਟਮ ਵਾਲੇ ਨੇ, ਕੁੱਲ 70,000 ਦੇ ਬਿਨਾਂ ਚੱਲੇ ਹੋਏ ਨਵੇਂ ਪੀਸ ਮਿਲ ਜਾਣਗੇ। ਇੱਕ ਇਹ ਸਪਰੇਅ ਪੰਪ ਹੈ ਜੀ ਆਪਣੇ ਕੋਲ, ਤਕਰੀਬਨ 4-5 ਕਿੱਲਿਆਂ ਦੀ ਪੈਂਪ ਹੈ, ਆਹ ਦੇਖੋ ਪੂਰੀ ਵਧੀਆ ਜੀ ਕੰਡੀਸ਼ਨ ਦਾ, ਚਾਲੂ ਹਾਲਤ ਹੈ, 4-5 ਕਿੱਲਿਆਂ ਦੀ ਪੈਂਪ ਹੈ ਨਾਲ, ਜੇ ਲੈਣਾ ਕਿਸੇ ਨੇ ਇਹ ਆਪਾਂ 40,000 ਰੁਪਏ ਦਾ ਦੇ ਦਾਂਗੇ ਜੀ, ਥੋੜ੍ਹਾ ਮੋਟਾ ਡਿਸਕਾਊਂਟ ਵੀ ਹੋ ਜੂਗਾ। ਅਤੇ ਇਹ ਡਰਿੱਲ ਹੈ ਆਪਣੇ ਕੋਲ, ਇਹ 22,000 ਰੁਪਏ ਦੀ ਹੈ, ਇਹ ਪਹਿਲਾਂ ਵੀ ਆਪਾਂ ਵੀਡੀਓ ਪਾਈ ਹੈ, ਪੈਰਾਂ ਦੀ ਕੰਡੀਸ਼ਨ ਇਹਦੀ ਬਿਲਕੁਲ ਸਾਫ਼ ਪਈਆਂ ਨੇ, ਜਿਵੇਂ ਛੁਰੀਆਂ ਲੱਗੀਆਂ ਹੋਈਆਂ ਨੇ। ਅਤੇ 22,000 ਦੀ ਪੈ ਜੂਗੀ, ਜੇ ਕੋਈ ਹੋਰ ਖੇਤੀ ਦਾ ਸੰਦ ਲੈਣਾ, ਜਿਵੇਂ ਲੇਜ਼ਰ ਖੜ੍ਹੇ ਨੇ, ਲੇਜ਼ਰ ਆ ਰਹੇ ਨੇ ਵੀਰੇ ਆਪਣੇ ਕੋਲ,
ਐਗਰੀਜੋਨ ਦਾ ਲੇਜਰ ਹੈ 2023 ਮਾਡਲ ਆ। ਦੇਖੋ ਕੰਡੀਸ਼ਨ, ਐਗਰੀਜੋਨ ਦੀ ਸਿਸਟਮ ਹੈ ਜੀ, 1,95,000 ਦਾ ਪੀਸ ਦੇ ਦਾਂਗੇ ਤੁਹਾਨੂੰ, 2023 ਮਾਡਲ, ਪੂਰਾ ਸਾਫ਼ ਸੁਥਰਾ ਜਿਹਾ ਪੀਸ ਆ। ਅਤੇ ਜੇ 24 ਮਾਡਲ 8 ਫੁੱਟਾ ਲੈਣਾ, ਆ ਗਿਆ ਵੀਰੇ 2,15,000 ਦਾ ਪੀਸ ਪਊਗਾ, 8 ਫੁੱਟਾ 24 ਮਾਡਲ ਆ, ਇਹਦਾ ਗਰੰਟੀ ਵਰੰਟੀ 'ਚ ਵੀ ਪਿਆ ਵੀਰੇ, ਜਮ੍ਹਾਂ ਨਵੇਂ ਵਰਗਾ ਪੀਸ ਆ। ਤਕਰੀਬਨ ਇਹਨਾਂ ਦੀ ਵੀਡੀਓ ਆਪਾਂ ਪਿਛਲੀ 'ਚ ਪਾਈ ਹੋਈ ਹੈ, ਕਈ ਲੇਜ਼ਰ ਖੜ੍ਹੇ ਨੇ, ਰੂਟਾ ਫਿੱਟਰ ਬਹੁਤ ਘੱਟ ਹੁੰਦੇ ਨੇ, ਰੂਟਾ ਫਿੱਟਰ ਆਪਣੇ ਕੋਲ 3-4 ਕੇ ਨੇ, ਰੂਟਾ ਫਿੱਟਰ ਵਾਲੇ ਵੀਰ ਬੇਸ਼ੱਕ ਕੌਲ ਨਾ ਕਰਨ, ਹਜੇ ਆਪਣੇ ਕੋਲ ਘੱਟ ਹੈ ਮਾਲ। ਅਤੇ ਕਪੈਨਾਂ ਵੀ ਖੜੀਆਂ ਨੇ, 2-3 ਜਿਵੇਂ ਮਸਾਲਾਂ ਖੜੀਆਂ ਨੇ ਵੀਰੇ, ਉਹਨਾਂ ਦੀ ਵੀਡੀਓ ਤੁਹਾਨੂੰ ਪਾਉਂਦੇ ਰਹਾਂਗੇ। ਆਪਣੇ ਨਾਲ ਜੁੜੇ ਰਹੋ ਯਾਰ, ਖੇਤੀ ਦੀ ਸਾਰੀ ਮਸ਼ੀਨਰੀ ਹੈ। ਸਭ ਤੋਂ ਪਹਿਲਾਂ ਵੀਰੇ ਆਪਣੇ ਪੇਜ ਨੂੰ ਹੁਣ ਵੀ ਜੇ ਕਿਸੇ ਬਾਈ ਨੇ ਸਬਸਕ੍ਰਾਈਬ ਨਹੀਂ ਕਰਿਆ, ਉਹਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਅਤੇ ਬੈਲ ਆਈਕਨ ਵੀ ਦੱਬੋ, ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਕਿਸੇ ਹੋਰ ਵੀਰ ਤੱਕ ਪਹੁੰਚਦੀ ਰਹੇ। ਅਤੇ ਜੁੜੇ ਰਹੋ ਆਪਣੇ ਨਾਲ, ਅਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆਪਣੀ ਵੀਡੀਓ ਦੇਖਣ ਵਾਲਿਆਂ ਦਾ, ਅਤੇ ਧੰਨਵਾਦ, ਥੈਂਕ ਯੂ, ਜਿਉਂਦੇ ਵੱਸਦੇ ਰਹੋ ਜੀ।